ਮੇਰਾ ਜਵਾਨ ਪੁੱਤ ਮਰ ਗਿਆ ਵੇ ਰੱਬਾ ਵੇ, ਵਾਕੇ ਦਾ ਪੁੱਤ ਨਾ ਮਾਰੀ ਵੇ ਰੱਬਾ ਵੇ। ਸਾਨੂੰ ਕੁਛ ਨੀ ਚਾਹੀਦਾ, ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੇ ਆਪੇ ਸਿਰਜ ਲੈਣਾ, ਆਪੇ ਬਣਾ ਲੈਣਾ। ਸਿਰਫ ਪੰਜਾਬ ਚੋਂ ਨੌਜਵਾਨਾਂ ਨੂੰ ਬਚਾ ਲਓ, ਇਹਨਾਂ ਦਾ ਨਸ਼ਾ ਖਤਮ ਕਰ ਦਿਓ। ਖਾਲੀ ਪਏ ਪਲਾਟ ਦੇ ਵਿੱਚ ਝਾੜੀਆਂ ਕੋਲ ਨੌਜਵਾਨ ਪੁੱਤ ਦੀ ਲਾਸ਼ ਨੂੰ ਵੇਖ ਕੇ ਧਾਹਾਂ ਮਾਰ ਮਾਰ ਰੋਂਦੇ ਹੋਏ ਪਿਤਾ ਦੀਆਂ ਤਸਵੀਰਾਂ ਬਟਾਲਾ ਦੇ ਪਿੰਡ ਡੱਲਾ ਦੀਆਂ ਨੇ, ਜਿੱਥੇ ਤੁਹਾਨੂੰ ਦੱਸਦੀ ਕਿ ਇਸ ਪਿਤਾ ਦੇ 25 ਸਾਲਾ ਨੌਜਵਾਨ ਪੁੱਤ ਦੀ ਨਸ਼ੇ ਦੇ ਨਾਲ ਮੌਤ ਹੋ ਗਈ ਹੈ। ਜਵਾਨ ਪੁੱਤ ਦੀ ਲਾਸ਼ ਦੇਖ ਕੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ। ਉਹ ਮੇਰਾ ਜਵਾਨ ਪੁੱਤ ਮਰ ਗਿਆ ਵੇ ਰੱਬਾ ਵੇ, ਰੱਬਾ ਉਹ ਕਹਿਦਾ ਪੁੱਤ ਨਾ ਮਾਰੀ ਵੇ ਰੱਬਾ ਵੇ, ਉਹ ਕਹਿਦਾ ਪੁੱਤ ਨਾ ਮਾਰੀ ਵੇ, ਬੁੱਢੇ ਵਾਲੇ ਕਹਿਦਾ ਪੁੱਤ ਨਾ ਮਰੇ ਵੇ ਰੱਬਾ। ਉਹ ਮੈਨੂੰ ਦਿਆ ਸੀ ਮੇਰੇ ਪੁੱਤ ਤੇ ਹੀ ਮੇਰੇ ਕੋਲੋਂ ਆਇਆ ਵਾ, ਰੋਟੀ ਪਾਣੀ ਖਾ ਕੇ ਤੇ ਆਇਆ ਸੀਗਾ। ਕੱਲਾ ਹੀ ਆਇਆ ਕਿ ਨਾਲ ਕੋਈ ਸੀ? ਨਾਲ ਇਹਦੇ ਦੋ ਮੁੰਡੇ, ਇੱਕ ਸਾਮੂ ਆ ਪ੍ਰਿੰਸੀਪਲ। ਤੇ ਮੈਂ ਇਹਨੂੰ ਆਖਣ ਡਿਆ, ਮੈਂ ਕਹਿਣ ਡਿਆ ਵਾ ਨਾ ਜਾ, ਤੂੰ ਕਿੱਥੇ ਚੱਲਿਆ ਵਾ, ਨਕੇਲ ਕੱਸੀ ਜਾਵੇ ਤਾਂ ਜੋ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਨਗਰ ਡੱਲਾ ਆਪਣਾ ਜੀ, ਮੇਜਰ ਸਿੰਘ। ਹਾਲਾਤ ਪੂਰੇ ਪੰਜਾਬ ਦੇ ਮਾੜੇ ਨੇ, ਨਸ਼ਾ ਪੂਰੇ ਪੰਜਾਬ ਚ ਹੀ ਵੜਿਆ ਵਾ। ਖਾਸ ਕਰਕੇ ਸਾਡਾ ਨਗਰ ਚ ਵੀ ਬੁਰੇ ਹਾਲਾਤ ਨੇ, ਕਾਦੀਆਂ ਚ ਵੀ ਬੁਰੇ ਹਾਲਾਤ ਨੇ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਪੰਜਾਬ ਚੋਂ ਸਿਰਫ ਚਿੱਟਾ ਖਤਮ ਕਰ ਦਿਓ, ਬਾਕੀ ਪੰਜਾਬ ਦੇ ਕੋਲ ਬਹੁਤ ਕੁਝ ਵਾ। ਸਿਰਫ ਸਾਨੂੰ ਕੁਛ ਨੀ ਚਾਹੀਦਾ, ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੇ ਆਪੇ ਸਿਰਜ ਲੈਣਾ, ਆਪੇ ਬਣਾ ਲੈਣਾ। ਸਿਰਫ ਪੰਜਾਬ ਚੋਂ ਨੌਜਵਾਨਾਂ ਨੂੰ ਬਚਾ ਲਓ, ਇਹਨਾਂ ਦਾ ਨਸ਼ਾ ਖਤਮ ਕਰ ਦਿਓ, ਚਿੱਟੇ ਨੂੰ ਪੰਜਾਬ ਚੋਂ ਖਤਮ ਕੀਤਾ ਜਾਵੇ। ਜਿੱਦਾਂ ਵੀ ਪੁਲਿਸ ਪ੍ਰਸ਼ਾਸਨ ਕਰੇ, ਜੋ ਕੁਛ ਵੀ ਕਰਨਾ ਪੈਂਦਾ, ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ। ਇੱਕ ਚੀਜ਼ ਦੀ ਨਹੀਂ, ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਆਪਾਂ ਓਵਰਆਲ ਪੂਰੇ ਪੰਜਾਬ ਦੇ ਹਾਲਾਤ ਵੇਖ ਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ। ਭਗਵੰਤ ਮਾਨ ਜੀ, ਸਰਦਾਰ ਭਗਵੰਤ ਸਿੰਘ ਮਾਨ, ਤੁਸੀਂ ਸਰਕਾਰ ਬਣਾਈ ਸੀਗੀ, ਤੁਹਾਡੇ ਵਾਅਦੇ ਸੀਗੇ ਕਿ ਆਪਾਂ ਨਸ਼ਾ ਖਤਮ ਕਰਾਂਗੇ। ਸੋ ਸਾਡੀ ਅਪੀਲ ਹੈ ਜੀ, ਆਪਾਂ ਤੁਹਾਡੇ ਨਾਲ ਆ, ਪਰ ਨਸ਼ੇ ਨੂੰ ਖਤਮ ਕਰੋ। ਸਤਿ ਸ੍ਰੀ ਅਕਾਲ। ਉਧਰ ਇਸ ਮਾਮਲੇ 'ਚ ਕਾਦੀਆਂ ਦੇ SHO ਨੇ ਕਿਹਾ ਕਿ ਪਿੰਡ ਡੱਲਾ ਦੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਝਾੜੀਆਂ ਦੇ ਕੋਲੋਂ ਬਰਾਮਦ ਹੋਈ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਇੱਥੇ ਸਾਡੇ ਨਾ ਬਾਲਮੀਕ ਮਹੱਲੇ ਲੱਗੇ ਪਲਾਟ ਨੇ ਖਾਲੀ, ਜੋ ਇੱਕ ਡੈੱਡ ਬੋਡੀ ਮਿਲੀ ਹੈ। ਰਵੀ ਨਾਂ ਦਾ ਲੜਕਾ ਹੈ, ਪਿੰਡ ਡੱਲੇ ਦਾ ਰਹਿਣ ਵਾਲਾ ਹੈ ਤੇ ਉਹਦੇ ਆਗੇ ਨੇ ਵਾਰਸ ਆਏ ਨੇ, ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ, ਉਹਦੇ ਆਧਾਰ ਤੇ ਕਾਰਵਾਈ ਕਰਾਂਗੇ। ਨਹੀਂ ਅਜੇ ਫਿਲਹਾਲ ਕੋਈ ਨਹੀਂ, ਨਾ ਕੋਈ ਇੰਜਰੀ ਮਾਰਕਸ ਆ, ਕੋਈ ਨਹੀਂ ਅਜੇ। ਜਿਹੜੇ ਪੋਸਟਮਾਰਟਮ ਕਰਾ ਰਹੇ ਹਾਂ ਜੀ, ਪੋਸਟਮਾਰਟਮ ਤੋਂ ਬਾਅਦ ਜਿਹੜਾ ਵੀ ਹੋਣਗੇ ਲਾਤੋ, ਉਹਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦੇ ਪਿੱਛੇ ਅਸਲ ਵਜ੍ਹਾ ਕੀ ਹੈ। ਪਰ ਉਧਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦੀ
ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ ਤੇ ਮੰਗ ਕਰ ਰਹੇ ਨੇ ਕਿ ਜਲਦ ਤੋਂ ਜਲਦ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ। ਬਟਾਲਾ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।